क्या कह रहे कोई तन दुखी कोई मन दुखी कोई तन दुखी कोई मन दुखी, ते दुखी आ सब संसार थोड़े थोड़े सब दुखी ते दुखी रामलाल का परिवार गौ माता की रक्षा उचित देखभाल आदि के भाषण और नारे हमें अक्सर को तो अमली जामा पहनाने की आती है तो प्रशासन हो या राजनीतिक पार्टियां दोनों ही कोरे आश्वासनों से अपनी भूमिका पूरी कर काम चला लेते हैं ऐसा ही कुछ जम्मू ज़िले की तहसील डनसाल के गांव पाली में वर्ष 2011 से सीताराम गौशाला नाम की एक संस्था का संचालन करने वाले महंत विक्रम ठाकुर के साथ हो रहा है अर्ली टाइम से बात करते हुए उन्होंने कहा कि सुविधाओं और आर्थिक मदद के अभाव में उनके लिए गौशाला को चला पाना काफ़ी मुश्किल होता जा रहा है ठाकुर ने बताया कि गौशाला के बेहतर संचालन के लिए उन्होंने हर उस दर पर चक्कर लगाया मदद की गुहार लगाई जहां से उन्हें कुछ उम्मीद थी पर अब तक सिवाय आश्वासनों के उन्हें कुछ हासिल नहीं हुआ ठाकुर आगे कहते हैं कि गौशाला में गाय के रहने खाने की उचित व्यवस्था ना होने से गोवंश भीषण गर्मी और चिलचिलाती धूप में बाहर खुले में खड़े रहने को मजबूर है लेकिन प्रशासन या फिर स्थानीय नेताओं ने उनकी उचित देखभाल के प्रबंधों को लेकर अब तक कुछ नहीं किया जय श्री राम जय गौ माता अस ग्रांतारगरी पाली का बोला करने सीताराम गौशाला का ਅਸੀਂ ਇਥੇ ਇਸਲੇ 2011 ਚ ਇੱਕ ਗਊਸ਼ਾਲਾ ਸ਼ੁਰੂ ਕੀਤੀ ਸੀ ਤੇ ਉਹ ਗਊਸ਼ਾਲਾ ਅੱਜ ਸਾਡੇ ਕੋਲ 3 ਗਾਵਾਂ ਕੱਲਾ ਲਈ ਹੈ ਇਸਲੇ ਸਾਡੇ ਕੋਲ ਕੋਈ 21 ਗાય ਇਸਲੇ ਵੀ ਹੈ ਸਾਡੇ ਕੋਲ ਸਤ ਗਾਵਾਂ ਜਿਹੜੀਆਂ ਅਸੀਂ ਬਾਹਰ ਤੁਸੀਂ ਲੋਕ ਇਹਨਾਂ ਦੀ ਖਲਾਣੇ ਜੀਨ ਲੋਕਾਂ ਨੇ ਲੈਤਨੀ ਪੂਜਾ ਕਰਨ ਵਾਸਤੇ ਹੈ ਔਰ ਉਹਦੇ ਵਿੱਚ 12 14 ਗਾਵਾਂ ਜਿਹੜੀਆਂ ਸੇ ਲੋਕਾਂ ਦੀ ਇਆਂ ਵੀ ਦਿੱਤੀਆਂ ਪਾਲਣ ਵਾਸਤੇ ਦਿੱਤੀਆਂ ਸੜਕੋਲ ਵੀ ਹੈ ਜਿਆਦਾ ਵੀ ਨਹੀਂ ਸੜਕੋਲ ਕੋਈ ਪਾਲਣ ਦੀ ਵਿਵਸਥਾ ਨਹੀਂ ਹੈ ਸੜਕੋਲ ਕੋਈ ਸ਼ੈਡਰੀ ਦੀ ਵਿਵਸਥਾ ਨਹੀਂ ਹੈ ਸੜਕੋਲ ਕੋਈ ਨਾ ਚਾਰੇ ਦੀ ਵਿਵਸਥਾ ਨਹੀਂ ਹੈ ਸੜਕੋਲ ਜਮੀਨ ਬੜੀ ਥੋੜੀ ਜੀ ਹੈ ਸਤਕਨਾਲੀ 13 ਮਰਲੇ ਕੋਲ ਸਾਰੀ ਜਮੀਨ ਹੈ ਜਿਹੜੀ ਅਸੇ ਗਵਰਨਮੈਂਟੂ ਦਾ ਕੋਲਾ ਲਈ ਦੀ ਜੀ ਥੋੜੀ ਉਹ ਵੀ ਅਸੀਂ ਕੋਈ ਕਾਗਜ਼ੀ ڈاکਮੈਂਟ ਨਹੀਂ ਦਿੱਤੇ ਅਸੀਂ ਦਿੱਤੇ ਸੀ ਬਾਕੀ ਸੜਕੋਲ ਕੋਈ ਜਮੀਨ ਨਹੀਂ ਹੈ ਇਹ ਸਾਰੇ ਅਸ ਐਮਪੀ ਸਾਹਿਬ ਦੀ ਜਾਂ ਡੀਸੀ ਸਾਹਿਬ ਕੀ ਗਵਰਨਰ ਸਾਹਿਬ ਕੀ ਇੱਕ ਬੇਨਤੀ ਕਰ ਰਹੇ ਆ ਕਿ ਕਿਆ ਜਮੁਖ ਸ਼ਹਿਰ ਦੇ ਵਿੱਚ ਜਿਹੜੇ ਅਸੀਂ ਕੀ ਜਿਹੜੇ ਸਾਡੇ ਬੈਠੇ ਨੇ ਪਿਛੇ بڑے بڑے ਇਹ ਅਸੀਂ ਕੀ ਗੋਸ਼ਾਲਾਾਸਤੇ ਕੋਈ ਨਾ ਕੋਈ ਮਦਦ ਦੇਣ ਸਰਕਲ ਐਮਪੀ ਸਾਹਿਬ ਇਥੇ ਆਏ ਵੀ ਐਂਡ ਜੇਂ ਵਾਰੀ ਸਾੜੀ ਗੋਸ਼ਾਲਾ ਅਸੀਂ ਉਹਨੇ ਇੱਕ ਗੋਸ਼ਾਲਾ ਸੇ 4 ਲੱਖ ਰੁਪਏ ਮੰਗੇ ਹਾ ਉਹਨੇ ਅਸੀਂ ਦਿੱਤਾ ਵੀ ਹੈ ਲੇਕਿਨ ਖਾਲੀ ਕਾਗਜ਼ੇ ਤੌਰ ਪਰ ਆਇਆ ਸਾੜੇ ਕੋ ਲਾ ਲਈ ਰਕਰ ਕੋਈ ਪੈਸਾ ਨਹੀਂ ਆਇਆ ਸਾੜੀ ਵਿਵਸਥਾ ਸਾਰੀ ਅੱਜ ਵੀ ਜਿਹੜੇ ਸਾੜੇ ਕੋ ਮੀਡੀਆ ਆਲੇ ਉਹਨੇ ਆਪਣੀ ਅੱਖੀ ਦੇਖੀ ਹੈ ਸਾਰੀਆਂ ਗਾਵਾਂ ਧੂਪ ਬਣਨੀ ਸੀ ਔਰ ਬਾਕੀ ਜਿਹੜਾ ਸਾੜੇ ਕੋ ਸਰਦੀ ਹੁੰਦੀ ਹੈ ਜਿਹੜਾ ਅਸੀਂ ਰੋਹਣਿਆਲਾ ਬਣਾਇਆ ਬਸ ਉਸ ਆਸ਼ਰਮ ਦੇ ਵਿੱਚ 7 ਲੋਕ 8 ਲੋਕ ਰਾਉਣੀ ਆ ਤੇ ਉਹ ਅਸੀਂ ਇੱਕ ਕਮਰੇ ਵਿੱਚ ਰੋਹਣਿਆ ਦੇ ਇੱਕ ਕਮਰੇ ਵਿੱਚ ਅਸੇ ਕਮਾਂ ਬਣਨੀ ਨਹੀਂ ਹੁੰਦੀਆਂ ਕੱਲ ਕੀ ਉਥੇ ਆਸ਼ਰਮ ਵਿੱਚ ਕੋਈ ਆਈ ਵੀ ਜਾਂਦਾ ਸਾੜੀ ਬੜੀ ਵਿ ਅਸੀਂ ਬਿਲਕੁਲ ਕਰੀਬੀ ਰੇਖਾ ਵਿੱਚ ਬਚਾ ਕਰ ਰਹੀਆਂ ਸਰ ਕੋਈ ਆਸਾ ਸਰ ਕੋ ਨਾ ਕੋਈ ਰੋਜ਼ਗਾਰ ਹੈ ਸਾਡੇ ਬੇਟੇ ਜਿਹੜੇ ਬਾਹਰ ਪੜਾ ਕਰਦੇ ਨੇ ਲੇਕਿਨ ਸਰ ਕੋਈ ਆਸਾ ਨਹੀਂ ਹੈ ਆਸ਼ਰਮ ਵਿੱਚ ਪੜਾ ਕਰਦੇ ਨੇ ਉਹ ਵੀ ਸੰਤਿਆਂ ਦੁਆਰਾ ਪੜਾਇਆ ਜਾ ਕਰਦੇ ਨੇ ਲੇਕਿਨ ਸਰ ਕੋਈ ਆਸੀ ਵਿਵਸਥਾ ਨਹੀਂ ਹੈ ਕਿ ਜੇਕਰ ਸਾਡੇ ਕੋਈ ਕਮਾਈ ਦਾ ਸਾਧਨ ਹੈ ਸਾਡਾ ਬੇਟਾ ਕੋਈ ਨੌਕਰੀ ਕਰਾਦਾ ਸਮਸ ਸਾਡੇ ਇੱਕ ਬੇਟੇ ਦੀ ਨੌਕਰੀ ਲੱਗੀ ਸੀ ਉਹ ਵੀ ਇਹਨਾਂ ਛਡਾਈ ਦਿੱਤੀ ਅੱਛਾ ਐਮਪੀ ਜੀ ਐਮਪੀ ਸਾਹਿਬ ਵੀ ਆਏ ਐਮਪੀ ਸਾਹਿਬ ਨੇ ਵੈਸੇ ਕੋਈ ਖਾਸ ਸੋ ਯਾਉ ਨਹੀਂ ਦਿੱਤਾ ਲੀ ਤਕਰੂ ਪੈਸਾ ਦਾ ਜਿਹੜਾ ਅਸੀਂ ਵਾਪਸੀ ਕੋਈ ਜਵਾਬ ਅਸੀਂ ਪੁੱਛਿਆ ਕਈ ਵਾਰੀ ਉਹਨੇ ਕਿ ਪੈਸਾ ਆਈਗੇ ਦਾ ਲੇਕਿਨ ਅਸੀਂ ਨਹੀਂ ਲੱਭਿਆ ਪੈਸਾ ਕੋਈ ਡੀਸੀ ਸਾਹਿਬ ਕੋਲ ਵੀ ਅਸੀਂ ਪੈਦਲ ਚੱਲੀ ਗਏ ਕਿਉਂਕਿ ਸੜਕ ਕੋਲ ਕਰਾਇਆ ਵੀ ਨਹੀਂ ਹੁੰਦਾ ਸਿੱਟੀ ਕੱਲ ਅਸੀਂ ਗਏ ਲੇਕਿਨ ਡੀਸੀ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕੋਈ ਵੀ ਮਦਦ ਨਹੀਂ ਨੇ ਅਸੀਂ ਕੋਈ ਅਲੀ ਤਕਰ ਕੋਈ ਮਦਦ ਨਹੀਂ ਆਈ ਹੈ ਕੇਂਦਰ ਦੀ ਤਰਫੋਂ ਕੋ ਜੰਮੂ ਦਾ ਸੈਂਟਰ ਦਾ ਕੋਈ ਮਦਦ ਹੀ ਨਹੀਂ ਆਈ ਹੈ ਲੇਕਿਨ ਗਵਰਨਮੈਂਟ ਦੇ ਗਵਰਨਮੈਂਟ ਬੇਸ਼ੱਕ ਦਿਆ ਦੀ ਲੋਕੀ ਦਿਆ ਦੀ ਉਹ ਲੇਕਿਨ ਅਸੀਂ ਹਾਲੇ ਤੱਕ ਕੋਈ ਨਹੀਂ ਲੱਭਿਆ ਸਾਡੀ ਕੋਸ਼ਿਸ਼ ਹਾਲੇ ਮਤਲਬ ਐਸੀ ਸੈਂਟਰ ਗਵਰਨਮੈਂਟ ਦੇ ਬੜਾ ਕੁਝ ਦਿਆ ਦੀ ਸੈਂਟਰ ਗਵਰਨਮੈਂਟ ਦਿਆ ਦੀ ਉਹ ਬੜੀ ਬੜੇ ਬਾਵੇਂ ਦੀ ਦਿਆ ਕਰਦੀ ਉਹ ਜਿਹੜੇ ਅੱਗੇ ਦੇ ਬੜੇ ਮੁੱਟੇ ਬਾਵੇਂ ਕਾਰਿਆਂ ਲੈਣ ਅਸ ਪੈਦਲ ਚੱਲਿਆ ਨੇ ਮੈਂ ਖੁਦ ਚ ਆਪੂ ਚਰਾਨਾ ਗਵਾ ਤੇ ਜੰਗਲੇ ਵਿੱਚ ਚਰਾਨਾ ਹੈ ਲੇਕਿਨ ਇੱਕ ਬਿੰਤੀ ਹੋਰ ਕੀਤੀ ਜਾਂਦੀ ਹੈ ਕਿ ਸਾਡੇ ਇਸ ਭਾਲੀ ਗਰਾਂ ਦੇ ਵਿੱਚ ਇੱਕ ਕੋਈ 40 ਕਨਾਲੀ ਜ਼ਮੀਨ ਜਿਹੜੀ ਗੋਚਰੀ ਦਾ ਸਾਡੇ ਬਜ਼ੁਰਗਾਂ ਦੁਆਰਾ ਛੋੜੀ ਗਈ ਰਹੀ ਹੈ ਲੇਕਿਨ ਅੱਜ ਇਸ ਨਾਲ ਅਸੀਂ ਉਹ ਜ਼ਮੀਨ ਨਹੀਂ ਲੱਭਾ ਕਰਦੀ ਉਹ ਕੁੱਠੀ ਅਛਾ ਜੇ ਰੈਵਨਿਊ ਡਿਪਾਰਟਮੈਂਟ ਕੀ ਪੁੱਛਦੇ ਆ ਤੋ ਅਸੀਂ ਇਆਂ ਟਾਲ ਮਟੋਲਾ ਕਰੀ ਰਹੇ ਨੇ ਅਛਾ ਜੇ ਗਮਾ ਚਰਾੜ ਨੇ ਕੁਸਾ ਦਰਾੜ ਚਲੀ ਜਾਂਦੇ ਨੇ ਕਿ ਅਸੀਂ ਗਾਲਾਂ ਦੇਂਦੇ ਲੱਗਵਾ ਤੇ ਬੜੀ ਬੜੀ ਤੁਰਤ ਅਸ਼ਾ ਕਰਦੇ ਨੇ ਸਾਡੇ ਕਰਨ ਅਛਾ ਹਾਂ ਦੋਸਤ ਕੀ ਚਾਹੁੰਦੇ ਹੋ ਕੇ ਅਸ ਇਹ ਚਾਹੁੰਦੇ ਆ ਕਿ ਅਸੀਂ ਡੀਸੀ ਸਾਹਿਬ ਜਾਂ ਗਵਰਨਰ ਸਾਹਿਬ ਉਹ ਜ਼ਮੀਨ ਜਿਹੜੀ ਅਸੀਂ ਸਾੜੇ ਵਾਲਾ ਕੀਤੀ ਜਾ ਅਸ ਉਹਦੇ ਵਿੱਚ ਗਮਾਂ ਦੇ ਚਰਾਈ ਸਕਦੇ ਗਵਰਨਮੈਂਟ ਆਖੀ ਤੇ ਸ਼ੋਰ ਤੇ ਬੜੇ ਬੜੇ ਲੋਕ ਆਖਾ ਕਰਦੇ ਬੜੇ ਬੜੇ ਆ ਸੁਣਨੇ ਪਾਸ਼ੇ ਵਿੱਚ ਐਮਪੀ ਸਾਹਿਬ ਬੋਲਦੇ ਜਿਹਾ ਇਲੈਕਸ਼ਨ ਆਉਂਦੀ ਨਾਰੇ ਦਿੰਦੇ ਗਾਉ ਬਚਾਓ ਗਾਉ ਬਚਾਓ ਗਉ ਮਾਤਾ ਕੀ ਰੱਖਿਆ ਕਰੋ ਲੇਕਿਨ ਰੱਖਿਆ ਕੀ ਕਰਨੀ ਆ ਸਾਡੇ ਪ੍ਰਧਾਨ ਮੰਤਰੀ ਹੋਰ ਵੀ ਬੜੇ ਸਾਡੇ ਪ੍ਰਧਾਨ ਮੰਤਰੀ ਹੋਰ ਵੀ ਬੜਾ ਬੜਾ ਬੋਲਿਆ ਗਾਉ ਕੇ ਆਸੇ ਪਛਾਨੇ ਆਸੇ ਬੜਾ ਪ੍ਰਯਾਸ ਹੈ ਬਾਬਾ ਰਾਮਦੇਵ ਵੀ ਬੜੇ ਬੜੇ ਅੰਦੋਲਨ ਸੰਨਾਨਦਾ ਕਰਦਾ ਕਿ ਮੈਂ ਗੋ ਲੇਕਿਨ ਅਸੀਂ ਇੱਥੇ ਕਰ ਕੋਈ ਨਹੀਂ ਲੱਭਿਆ ਨਾ ਪ੍ਰਧਾਨ ਮੰਤਰੀ ਕੋਈ ਯੋਜਨਾਤ ਹੋਈ ਹੈ ਤੇ ਨਾ ਹੀ ਕੋਈ ਐਮਪੀ ਦੁਆਰਾ ਹੋਈ ਹੈ ਨਾ ਹੀ ਕੋਈ ਐਮਐ ਉਹ ਵੀ ਬੜਾ ਹਾਂ ਉਹਨੇ ਵੀ ਅਸੀਂ ਦਿੱਤਾ ਕੱਖ ਨਹੀਂ ਦਿੱਤਾ ਕੱਖ ਨਹੀਂ ਕੁਛ ਨਹੀਂ ਲੱਭਿਆ ਸੀ ਛੜੀਆਂ ਗੱਲਾਂ ਕਰੀਏ ਚੱਲੀ ਜਾਂਦੇ ਛੜੇ ਵਾਦੇ ਕਰੀਏ ਚੱਲੀ ਜਾਂਦੇ ਨੰਦੌਰ ਵੀ ਆਏ ਉਹਨੇ ਵੀ ਆਣੀ ਇੱਥੇ ਛੰਡਾ ਛੜਾਇਆ ਉਹਨੇ ਵੀ ਆਖਿਆ ਇੱਥੇ ਅਣੂ ਮਾਨ ਮੂਰਤੀ ਲੱਗਿਆ ਲੇਕਿਨ ਅੱਜ ਤੱਕ ਅਸੀਂ ਅਣੂ ਮਾਨ ਨਹੀਂ ਲੱਭੇ ਹੁੰਦੇ ਚਲੋ ਤੇ ਬਾਕੀ ਗੋਸ਼ਾਲਾ ਉਹਨਾਂ ਦੇ ਇੱਕਿਆ ਬੇਨਤੀ ਜਾਂਦੇ ਅੱਗੇ ਕਿ ਅਗਰ ਦੇਖ ਸਕਦੇ ਤੇ ਕਮ ਸਕਾਮ ਕੁਛ ਨਾ ਕੁਛ ਮਦਦ ਕਰਨ ਇਸ ਗੋਸ਼ਾਲਾ ਕਿਉਂਕਿ 21 ਗਮਾਂ ਜਿਹੜੀਆਂ ਤੜਫਾ ਕਰਦੀਆਂ ਉਹ ਪਾਪ ਇਨ ਅਕੜਾ ਮਿਕੇ ਨਹੀਂ ਲੱਗਣਾ ਮੈਂ ਪੈਦਲ ਚੱਲੀ ਆ ਅੱਜ ਵੀ ਮੈਂ ਨੰਗੇ ਪੈਰਾਂ ਚੱਲੀ ਆ ਗਮਾਚਾਰਾ ਕਰਨਾ ਹੈ ਮੇਰਾ ਪਰਿਵਾਰ ਯਾਰਾ ਕਰਦਾ ਹੈ ਮੇਰੇ ਪਰਿਵਾਰੀ ਉਹ ਦੁਰਦਸ਼ਾਵਾ ਕਰਦੇ ਇਥੇ ਲੋਕਾਂ ਕਰਾ ਕਰਦੇ ਜਿਹੜੀ ਕੋਈ ਪੁੱਛਣ ਵਾਲਾ ਨਹੀਂ ਆਸ ਕਾ ਕੇ ਠਾਣਾ ਜੰਨੀ ਸਾਡੀ ਕੋਈ ਕੰਪਲੇਨ ਨਹੀਂ ਹੁੰਦੀ ਕੋਈ ਪੁੱਛਿਆ ਨਹੀਂ ਹੈ। ਚਲੋ ਤਾਂ ਅਸੀਂ ਇਹ ਜਾਣਿਆ ਕਿ ਪ੍ਰਧਾਨ ਮੰਤਰੀ ਅੱਗੇ ਸਾਡੀ ਬੇਨਤੀ ਹੈ, ਰਾਸ਼ਟਰਪਤੀ ਹੁੰਦੇ ਅਗੇ ਪਰ ਸਾਡੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਹੋਣ ਚਾਹ ਜਿਹੜੇ ਵੀ ਮੀਡੀਆ ਵਿੱਚ ਦਿਖਾ ਕਰਦੇ ਹੁਣ ਗੋਨ ਸਾਹਿਬ ਹੁਣ ਐਮਪੀ ਸਾਹਿਬ ਹੁਣ ਐਮਐਲਏ ਸਾਹਿਬ ਹੁਣ ਉਹ ਇਹ ਮੈਂ ਇਹ ਬੇਨਤੀ ਕਰਨਾ ਕਿ ਗੋਸ਼ਾਲਾ ਦੀ ਜਿਆਦਾ ਗੁਲਾ ਜਿਆਦਾ ਜਲਦੀ ਗੁਲਾ ਜਲਦੀ ਅਸੀਂ ਕੀ ਮਦਦ ਦੇਤੀ। ਚਲੋ ਅਸੀਂ ਕੋਈ ਆਖਿਆ ਗਿਆ ਹੁਣ ਰਜਿਸਟਰ ਕਰਵਾਣਾ ਸਾਡੇ ਕੋਲ ਕੋਈ ਪੈਸਾ ਨਹੀਂ ਹੈ। ਕੋਈ ਡਾਕੂਮੈਂਟ ਬਣਾਉਣੇ ਕੋਈ ਪੈਸੇ ਨਹੀਂ ਹੈ। ਚਲੋ ਠੀਕ ਹੈ ਅਸਲੀ ਨੂੰ ਲੈ ਗਿਆ ਅਸੀਂ ਦਿੱਕੀ ਲਾਉਤ ਉਸ ਅਜੀ ਤੇ ਅਗਰ ਕਰਨੇ ਇਹ ਸਾਹਮਣੇ ਸਾੜਾ ਮੰਚਾ ਲੱਗਦਾ ਅਸੀਂ ਇੱਥੇ ਨਾਈਟ ਡਿਊਟੀ ਕਰਾਂਗੇ ਨੇ ਪੂਰੇ ਵਕਤ ਅੱਜ ਕੋਈ ਬਾਵਾ ਦੇਖਿਆ ਕਹਿੰਦੇ ਕੁਸੇ ਅਸ ਗਵੇਂ ਦੀ ਖਾਤਰ ਹੀ ਕਰ ਰਗਨ ਕੋਈ ਬਾਵਾ ਕਹਿੰਦੇ ਨਾਈਟ ਡਿਊਟੀ ਕਰਦਾ ਦੇਖਿਆ ਕੋਈ ਨੌਕਰੀ ਕਰਦਾ ਦੇਖਿਆ ਪ੍ਰਾਈਵੇਟ ਕੁਸੇ ਠੇਕੇਦਾਰ ਆ ਗਏ ਅਸ ਨੇ 9000 ਰੁਪਏ ਦੇ ਸਕੂਲ ਨੌਕਰੀ ਕਰਾ ਕਰਨੀ ਰਾਤੀ ਪੂਰੀ ਰਾਤ ਜਾਗਣ ਦੀ ਨੇ ਗਵਾਂ ਚਾਰਨੀਆਂ ਤੇ ਰਾਤੀ ਨਾਈਟ ਡਿਊਟੀ ਕਰਨੀ ਐਮਪੀ ਸਾਹਿਬ ਇਧਰ ਜੰਦੇ ਮੇਰੇ ਕੋਲੇ ਨੰਦੂਰ ਜਾਂਦੇ ਵੀ ਕੀ ਦੇਖਿਆ ਇੱਥੇ ਲੇਕਿਨ ਉਹਨੇ ਕਹਦੇ ਪੁੱਛਿਆ ਨਹੀਂ ਕਿ ਬਾਵਾ ਜ ਅਸੀਂ ਆਖਨੇ ਕਿ ਜਲਦੀੁਰਦ ਜਲਦੀ ਅਸੀਂ ਕਿ ਕੁਝ ਸੜਾ ਵੀ ਜਿਹੜਾ ਮਲੇ ਸੁਣੀ ਜਾ ਫਰਿਆ ਸੁਣੀ ਜਾ ਚਲੋ ਹਾਂ ਠੀਕ ਹੈ ਜੀ ਉਹਨੇ ਗਮੇ ਦੀ ਫਰਿਆ ਸੁਣੀ ਜਾ 21 ਗਮਾਂ ਜਿਹੜੀਆਂ ਉਤੋਂ ਰਵਾ ਕਰਦੀਆਂ ਉੰਦੀ ਫਰਿਆ ਸੁਣੀ ਜਾ ਤੇ ਉਹਨਾਂ ਕੀ ਇਨਸਾਫ ਦਿੱਤਾ ਜਾ ਗਊ ਮਾਤਾ ਕੀ ਦਿੱਤਾ ਜਾ ਬਸ ਸੜੀ ਹੀ ਫਰਿਆ ਹੈ ਜਾਇ ਗਊ ਮਾਤਾ ਜਾਇ ਸ਼ੀਰਾਂ